ਸਲੋਕ ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਈ। ਇਹ ਨਾਨਕ ਗਿਆਨਵਾਨ ਮਨੁੱਖ ਨੇ ਸੰਸਾਰ ਨੂੰ ਭਾਵ ਮਾਇਆ ਦੇ ਮੋਹ ਨੂੰ ਜਿੱਤ ਲਿਆ ਹੈ ਅਤੇ ਗਿਆਨੀ ਤੋਂ ਬਿਨਾਂ ਹਰ ਇੱਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ। ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ। ਗਿਆਨੀ ਦੇ ਅਸਲੀ ਕਰਨ ਵਾਲੇ ਕੰਮ ਭਾਵ ਮਨੁੱਖਾ ਜਨਮ ਨੂੰ ਸਵਾਰਨ ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ ਹੈ। ਉਸ ਨੂੰ ਇਉਂ ਜਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ ਹੈ। ਗੁਰਮਤਿ ਮਤ ਅਚਲ ਹੈ, ਚਲਾਏ ਨਾ ਸਕੈ ਕੋਈ। ਸਤਿਗੁਰੂ ਦੀ ਮੱਤ ਉੱਤੇ ਤੁਰ ਕੇ ਗਿਆਨੀ ਮਨੁੱਖ ਦੀ ਮੱਤ ਪੱਕੀ ਹੋ ਜਾਂਦੀ ਹੈ। ਕੋਈ ਮਾਇਕ ਵਿਹਾਰ ਉਸ ਨੂੰ ਡੁਲਾ ਨਹੀਂ ਸਕਦਾ। ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ। ਉਸਨੂੰ ਨਿਸ਼ਚੈ ਹੁੰਦਾ ਹੈ ਕਿ ਪ੍ਰਭੂ ਭਗਤਾਂ ਦਾ ਸਾਥ ਨਿਭਾਉਂਦਾ ਹੈ ਅਤੇ ਉਹਨਾਂ ਦਾ ਹਰੇਕ ਕੰਮ ਰਾਸ ਆ ਜਾਂਦਾ ਹੈ। ਮਨਮੁਖ ਮੂਲੈ ਭੁਲਾਈਅਨ, ਵਿੱਚ ਲੱਭ ਲੋਭ ਅਹੰਕਾਰ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਭ ਲੋਭ ਅਤੇ ਅਹੰਕਾਰ ਹੈ। ਝਗੜਾ ਕਰਦਿਆਂ ਅਣਦਿਨ ਗੁਦਰੈ, ਸ਼ਬਦ ਨਾ ਕਰੈ ਵਿਚਾਰ। ਉਹਨਾਂ ਦਾ ਹਰੇਕ ਦਿਨ ਲੱਭ ਲੋਭ ਆਦਿਕ ਸੰਬੰਧੀ ਝਗੜਾ ਕਰਦਿਆਂ ਗੁਜ਼ਰਦਾ ਹੈ। ਉਹ ਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦੇ। ਸ਼ੁੱਧ ਮਤ ਕਰਤੈ ਹਿਰ ਲਈ, ਬੋਲਣ ਸਭ ਵਿਕਾਰ। ਕਰਤਾਰ ਨੇ ਉਹਨਾਂ ਮਨਮੁੱਖਾਂ ਦੀ ਹੋਸ਼ ਅਤੇ ਅਕਲ ਖੋ ਲਈ ਹੈ। ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ। ਦਿੱਤਾ ਕਿਤੇ ਨਾ ਸੰਤੋਖੀਅਨ, ਅੰਤਰ ਤਿਸਨਾ ਬਹੁਤ ਅਗਿਆਨ ਅੰਧਾਰ। ਉਹ ਕਿਸੇ ਵੀ ਦਾਤ ਦੇ ਮਿਲਣ 'ਤੇ ਰੱਜਦੇ ਨਹੀਂ, ਕਿਉਂਕਿ ਉਹਨਾਂ ਦੇ ਮਨ ਵਿੱਚ ਬੜੀ ਤ੍ਰਿਸ਼ਨਾ, ਅਗਿਆਨਤਾ ਅਤੇ ਹਨੇਰਾ ਹੈ। ਨਾਨਕ ਮਨਮੁੱਖਾ ਨਾਲੋਂ ਟੁੱਟਿਆ ਭਲੀ, ਜਿਨ੍ਹਾਂ ਮਾਇਆ ਮੋਹ ਪਿਆਰ। ਹੇ ਨਾਨਕ, ਅਜਿਹੇ ਮਨਮੁੱਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿੱਚ ਹੈ। ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਤਿੰਨ ਭਉ ਸੰਸਾ ਕਿਆ ਕਰੇ, ਜਿਨ ਸਤਿਗੁਰ ਸਿਰ ਕਰਤਾ। ਜਿਨ੍ਹਾਂ ਦੇ ਸਿਰ ਪ੍ਰਭੂ ਅਤੇ ਗੁਰੂ ਹੈ, ਭਾਵ ਜੋ ਪ੍ਰਭੂ ਅਤੇ ਗੁਰੂ ਨੂੰ ਰਾਖਾ ਸਮਝਦੇ ਹਨ, ਡਰ ਅਤੇ ਚਿੰਤਾ ਉਹਨਾਂ ਦਾ ਕੀ ਵਿਕਾਰ ਸਕਦੇ ਹਨ। ਤੁਰ ਤਿਨ ਕੀ ਪੈਜ ਰੱਖਦਾ, ਆਪੇ ਰੱਖਣ ਹਾਰ। ਰੱਖਿਆ ਕਰਨ ਵਾਲਾ ਪਰਮਾਤਮਾ ਆਪ ਉਹਨਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ। ਮਿਲ ਪ੍ਰੀਤਮ ਸੁਖ ਪਾਇਆ, ਸੱਚੇ ਸ਼ਬਦ ਵਿਚਾਰ। ਇਸ ਤਰ੍ਹਾਂ ਸੱਚੇ ਸ਼ਬਦ ਦੇ ਰਾਹੀਂ ਵਿਚਾਰ ਕਰਕੇ ਅਤੇ ਹਰੀ ਪ੍ਰੀਤਮ ਨੂੰ ਮਿਲ ਕੇ ਉਹ ਸੁੱਖ ਪਾਉਂਦੇ ਹਨ। ਨਾਨਕ ਸੁਖਦਾਤਾ ਸੇਵਿਆ, ਆਪੇ ਪਰਖਣ ਹਾਰ। ਹੇ ਨਾਨਕ, ਜੋ ਸੁਖਦਾਤਾ ਪਰਮਾਤਮਾ ਆਪ ਹੀ ਸਭ ਦੀ ਪਰਖ ਕਰਨ ਵਾਲਾ ਹੈ, ਉਸਦੀ ਉਹ ਸੇਵਾ ਕਰਦੇ ਹਨ। ਪੌੜੀ ਜੀ ਜੰਤ ਸਭ ਤੇਰਿਆ, ਤੂੰ ਸਭਨਾ ਰਾਸ। ਹੇ ਹਰੀ, ਸਾਰੇ ਜੀ ਜੰਤ ਤੇਰੇ ਹਨ, ਤੂੰ ਸਾਰਿਆਂ ਦਾ ਖਜ਼ਾਨਾ ਹੈ। ਜਿਸ ਨੂੰ ਤੂੰ ਦੇ ਤਿਸ ਸਭ ਕਿਛ ਮਿਲੈ, ਕੋਈ ਹੋਰ ਸਰੀਕ ਨਾ ਹੀ ਤੁਦ ਪਾਸ। ਜਿਸ ਮਨੁੱਖ ਨੂੰ ਤੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ, ਉਸਨੂੰ ਮਾਨੋ ਹਰੇਕ ਸ਼ੈ ਮਿਲ ਜਾਂਦੀ ਹੈ, ਕਿਉਂਕਿ ਰੋਕਣ ਵਾਲਾ ਹੋਰ ਕੋਈ ਤੇਰਾ ਸ਼ਰੀਕ ਤੇਰੇ ਕੋਲ ਨਹੀਂ ਹੈ। ਤੂੰ ਇੱਕੋ ਦਾਤਾ ਸਬਸਦਾ, ਹਰ ਪਹਿ ਅਰਦਾਸ। ਤੂੰ ਇਕੱਲਾ ਆਪ ਸਾਰਿਆਂ ਦਾ ਦਾਤਾ ਹੈ, ਇਸ ਕਰਕੇ ਹੇ ਹਰੀ, ਸਭ ਜੀਵਾਂ ਦੀ ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ। ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲਹੇ, ਸੋ ਜਨ ਸਾਬਾਸ। ਜਿਸ ਦੀ ਬੇਨਤੀ ਤੈਨੂੰ ਚੰਗੀ ਲੱਗੇ, ਉਸ ਦੀ ਤੂੰ ਪ੍ਰਵਾਨ ਕਰ ਲੈਂਦਾ ਹੈ ਅਤੇ ਉਸ ਮਨੁੱਖ ਨੂੰ ਸ਼ਾਬਾਸ਼ੇ ਮਿਲਦੀ ਹੈ। ਸਭ ਤੇਰਾ ਚੋਜ ਵਰਤਦਾ, ਦੁੱਖ ਸੁੱਖ ਤੁਧ ਪਾਸ। ਇਹ ਸਾਰਾ ਤੇਰਾ ਹੀ ਕੋਤਕ ਵਰਤ ਰਿਹਾ ਹੈ, ਸਾਰਿਆਂ ਦੇ ਦੁੱਖ ਅਤੇ ਸੁੱਖ ਦਾ ਤਰਲਾ ਤੇਰੇ ਕੋਲ ਹੀ ਹੁੰਦਾ ਹੈ। ਸਲੋਕ ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ।
ਗੁਰਮੁਖ ਸੱਚੈ ਭਾਵ ਦੇ ਦਰ ਸੱਚੈ ਸੱਚਿਆਰ। ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਅਤੇ ਸੱਚੇ ਦੇ ਦਰ 'ਤੇ ਉਹ ਸੱਚ ਦੇ ਵਪਾਰੀ ਸਮਝੇ ਜਾਂਦੇ ਹਨ। ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਸਤਿਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲੇ ਉਹਨਾਂ ਸੱਜਣਾਂ ਦੇ ਮਨ ਵਿੱਚ ਸਦਾ ਖਿੜਾਓ ਹੁੰਦਾ ਹੈ। ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ। ਸਤਿਗੁਰੂ ਦਾ ਸ਼ਬਦ ਉਹਨਾਂ ਨੇ ਹਿਰਦੇ ਵਿੱਚ ਵਸਾਇਆ ਹੈ, ਇਸ ਲਈ ਸਿਰਜਣਹਾਰ ਨੇ ਉਹਨਾਂ ਦਾ ਦੁੱਖ ਕੱਟਿਆ ਹੈ ਅਤੇ ਉਹਨਾਂ ਦੇ ਹਿਰਦੇ ਵਿੱਚ ਚਾਨਣ ਕੀਤਾ ਹੈ। ਨਾਨਕ ਰੱਖਣਹਾਰਾ ਰੱਖਸੀ ਆਪਣੀ ਕਿਰਪਾ ਧਾਰ। ਹੇ ਨਾਨਕ, ਰੱਖਿਆ ਕਰਨ ਵਾਲਾ ਪਰਮਾਤਮਾ ਆਪਣੀ ਮਿਹਰ ਨਾਲ ਉਹਨਾਂ ਦੀ ਸਦਾ ਰੱਖਿਆ ਕਰਦਾ ਹੈ। ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਗੁਰ ਕੀ ਸੇਵਾ ਚਾਕਰੀ ਪੈਰ ਚਕਾਰ ਕਮਾਏ। ਜੇ ਮਨੁੱਖ ਪਰਮਾਤਮਾ ਦੇ ਡਰ ਵਿੱਚ ਰੱਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚਾਕਰੀ ਕਾਰ ਕਰੇ। ਜਿਹਾ ਸੇਵੇ ਤੇ ਉਹ ਹੋਵੇ ਜੇ ਚੱਲੈ ਤਿਸੈ ਰਜਾਏ। ਅਤੇ ਉਸ ਪ੍ਰਭੂ ਦੀ ਰਜਾ ਵਿੱਚ ਤੁਰੇ ਤਾਂ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ। ਨਾਨਕ ਸਭ ਕੁਛ ਆਪ ਹੈ ਅਵਰ ਨਾ ਦੂਜੀ ਜਾਏ। ਫਿਰ ਹੇ ਨਾਨਕ, ਐਸੇ ਮਨੁੱਖ ਨੂੰ ਸਾਰੇ ਥਾਈਂ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ, ਉਸ ਤੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ ਅਤੇ ਨਾ ਕੋਈ ਹੋਰ ਆਸਰੇ ਦੀ ਥਾਂ ਦਿਸਦੀ ਹੈ। ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇਵੜ ਅਵਰ ਨਾ ਕੋਈ। ਤੂੰ ਕਿੰਨਾ ਵੱਡਾ ਹੈ ਇਹ ਤੂੰ ਆਪ ਹੀ ਜਾਣਦਾ ਹੈ, ਕਿਉਂਕਿ ਤੇਰੇ ਜਿੰਨਾ ਹੋਰ ਕੋਈ ਨਹੀਂ ਹੈ। ਤੁਧ ਜੇਵੜ ਹੋਰ ਸਰੀਕ ਹੋਵੇ ਤਾਂ ਆਖੀਐ ਤੁਧ ਜੇਵੜ ਤੂੰ ਹੈ ਹੋਈ। ਜੇ ਤੇਰੇ ਜਿੰਨਾ ਹੋਰ ਕੋਈ ਸ਼ਰੀਕ ਹੋਵੇ ਉਸਨੂੰ ਵੇਖ ਕੇ ਤਾਂ ਹੀ ਦੱਸ ਸਕਦੇ ਹਾਂ ਕਿ ਤੂੰ ਕਿੰਨਾ ਵੱਡਾ ਹੈ, ਪਰ ਤੇਰੇ ਜਿੱਡਾ ਤੂੰ ਆਪ ਹੀ ਹੈ। ਜਿਨ ਤੂੰ ਸੇਵਿਆ ਤਿਨ ਸੁਖ ਪਾਇਆ, ਹੋਰ ਤਿਸ ਦੀ ਰੀਸ ਕਰੇ ਕਿਆ ਕੋਈ। ਜਿਸ ਮਨੁੱਖ ਨੇ ਤੈਨੂੰ ਸਿਮਰਿਆ ਹੈ ਉਸਨੇ ਸੁੱਖ ਪਾਇਆ ਹੈ, ਕੋਈ ਹੋਰ ਮਨੁੱਖ ਉਸਦੀ ਕੀ ਰੀਸ ਕਰ ਸਕਦਾ ਹੈ। ਤੂੰ ਭੰਨਣ ਗੜਨ ਸਮਰੱਥ ਦਾ ਤਾਰ ਹੈ, ਤੁਧ ਅੱਗੇ ਮੰਗਣ ਨੋ ਹੱਥ ਜੋੜ ਖਲੀ ਸਭ ਹੋਈ। ਸਰੀਰਾਂ ਨੂੰ ਨਾਸ ਵੀ ਤੂੰ ਆਪ ਕਰ ਸਕਦਾ ਹੈ ਅਤੇ ਬਣਾ ਵੀ ਆਪ ਹੀ ਸਕਦਾ ਹੈ। ਸਭ ਦਾਤਾਂ ਵੀ ਬਖਸ਼ਣ ਵਾਲਾ ਹੈ, ਸਾਰੀ ਸ੍ਰਿਸ਼ਟੀ ਤੇਰੇ ਅੱਗੇ ਦਾਤਾ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ। ਤੁਧ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ, ਤੁਧ ਸਭਸੈ ਨੋ ਦਾਨ ਦਿੱਤਾ ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ। ਮੈਨੂੰ ਤੇਰੇ ਜਿੱਡਾ ਵੱਡਾ ਹੋਰ ਕੋਈ ਦਾਨੀ ਨਜ਼ਰ ਨਹੀਂ ਆਉਂਦਾ। ਖੰਡਾ ਬ੍ਰਹਿਮੰਡਾ ਪਾਤਾਲਾਂ ਪੁਰੀਆਂ ਸਾਰੇ 14 ਹੀ ਲੋਕਾਂ ਵਿੱਚ ਤੂੰ ਹੀ ਸਭ ਜੀਆਂ ਨੂੰ ਬਖਸ਼ਿਸ਼ ਕੀਤੀ ਹੈ। ਸਲੋਕ ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਮਨ ਪ੍ਰਤੀਤ ਨਾ ਆਈਆਂ ਸਹਿਜ ਨਾ ਲੱਗੋ ਪਾਓ। ਜੇ ਮਨ ਵਿੱਚ ਹਰੀ ਦੀ ਹੋਣ ਦੀ ਪ੍ਰੀਤ ਨਾ ਆਈ ਅਤੇ ਅਡੋਲਤਾ ਵਿੱਚ ਪਿਆਰ ਨਾ ਲੱਗਾ। ਸ਼ਬਦੈ ਸਾਧ ਨਾ ਪਾਇਓ ਮਨ ਹਟ ਕਿਆ ਗੁਣ ਗਾਏ। ਜੇ ਸ਼ਬਦ ਦਾ ਰਸ ਨਾ ਲੱਭਾ ਤਾਂ ਮਨ ਦੇ ਹੱਠ ਨਾਲ ਸਿਫ਼ ਸਲਾਹ ਕਰਨ ਦਾ ਕੀ ਲਾਭ। ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ। ਹੇ ਨਾਨਕ, ਸੰਸਾਰ ਵਿੱਚ ਜੰਮਿਆ ਉਹ ਜੀ ਮੁਬਾਰਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਸੱਚ ਵਿੱਚ ਲੀਨ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।